ਆਓ ਚੱਲੀਏ ਫਿਰ ਆਓ ਜੀ ਆਓ ਜੀਰਕਪੁਰ ਰਾਜਪੁਰਾ ਪਟਿਆਲਾ ਭਵਾਨੀਗੜ੍ਹ ਸੰਗਰੂਰ ਤਨੌਲਾ ਬਰਨਾਲਾ ਰਾਮਪੁਰਾ ਬਠਿੰਡਾ ਨੌ ਸਭ ਆਓ ਵੀ ਆਓ ਚਲੋ 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 ਬਾਕੀ ਜਿੱਥੇ ਤੁਸੀਂ ਕਹੋਗੇ ਉੱਥੇ ਛੱਡ ਦਾਂਗੇ ਆਪਣੇ ਫੋਨ ਤੇ ਫੇਸਬੁੱਕ ਦੇਖਦੇ ਹੋ ਆਲੀਆ ਭੱਟ ਜਾਂ ਸਨੀ ਲਿਓਨ ਦੀ ਲੁੱਕ ਦੇਖਦੇ ਹੋ ਨਿਗਾਹ ਪਾਟ ਜਾਂਦੀ ਹੈ ਸਾਡੀ ਦਵਾਈ ਨਾਲ ਫਾਇਦਾ ਜ਼ਰੂਰ ਹੋਣਾ ਨਿਗਾਹ ਸਾਫ਼ ਹੋਣੀ ਤੇ ਅੱਖਾਂ ਚ ਨੂਰ ਹੋਣਾ ਸ਼ੀਸ਼ੀ ਦਾ ਰੇਟ ਅਜ 10 ਰੁਪਏ 10 ਰੁਪਏ 10 ਰੁਪਏ ਤੂੰ ਦੱਸ ਕਿੰਨੇ ਦੀ ਮੈਂ ਤਾਂ ਪਹਿਲੀ ਵਾਰੀ ਆਇਆ ਕੰਡਕਟਰ ਤੂੰ ਆ ਕਿ ਮੈਂ ਉਹ ਕੰਡਕਟਰ ਨਾ ਕਹੀ ਮੈਂ ਚੱਕ ਕੇ ਬਸ ਚੋਂ ਥੱਲੇ ਮਾਰੂੰਗਾ ਉਹ ਬੱਚੀ ਜੁਲਕਾਂ ਦੀ ਕਿੰਨੇ ਦੀ ਆ 10 ਰੁਪਏ ਲੈ ਲਾ ਚੱਲ 10 ਰੁਪਏ ਕੱਢ ਲੈ ਫੜ ਰਾਮਪੁਰਾ ਬਰਨਾਲਾ ਧਨੌਲਾ ਸੰਗਰੂਰ ਭਵਾਨੀਗੜ੍ਹ ਪਟਿਆਲਾ ਰਾਜਪੁਰਾ ਜੀਰਕਪੁਰ ਚੰਡੀਗੜ੍ਹ ਨੌਨ ਸਟਾਪ ਚਲੋ 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 ਬਾਈ ਉਹ ਤੂੰ 20 ਤੁਹਾਡੇ ਗਣਾ ਤੇ ਆ ਹਜੇ ਕਹਿੰਦਾ ਨੌਨ ਸਟਾਪ ਉਹ ਕੰਨਾਂ ਚੋਂ ਮੈਲ ਕਢਾ ਮੈਂ ਨੌਨ ਸਟਾਪ ਨੀ ਨੌਨ ਸਟਾਪ ਕਿਹਾ ਪਕੌੜੇ ਲਿਆਈ ਸੀ ਮੈਂ ਸੱਚੀ ਏ ਊਟਣੀ ਸਮੂਹ ਵਾਲੇ ਯੋ ਇਸ਼ਾਰੇ ਕਿਸਨੇ ਕਰੇ ਤੂੰ ਮੈਂ ਤੁਹਾਨੂੰ ਕਦੋਂ ਕਰਿਆ ਇਸ਼ਾਰੇ ਮੈਂ ਬਾਵਲੀ ਸੂ ਕਿ ਮਾਰੀਆਂ ਅੱਖਾਂ ਫੁੱਟ ਗਈ ਜੋ ਸਿੱਸਾ ਪਿੱਛੇ ਲੇਡੀਜ਼ ਨੇ ਸਾਰੇ ਕਰਨ ਖਾਤਰ ਲਗਾ ਰੱਖਿਆ ਹੈ ਕਿ ਉਹ ਮੈਂ ਤਾਂ ਕਦੇ ਪਾਸ ਦੇਣ ਲੱਗੇ ਨੇ ਇਸ਼ਾਰਾ ਨਹੀਂ ਕੀਤਾ ਕਿਸੇ ਨੂੰ ਚਾਹੇ ਕੋਈ ਜਿੰਨੇ ਮਰਜ਼ੀ ਹਰਨ ਮਾਰੀ ਜਾਵੇ ਤੋਰ ਲਾ ਹੁਣ ਤੈਨੂੰ ਕਰਦਾ ਸੀ ਨਾ ਇਹਨੂੰ ਮੈਂ ਤਾਂ ਉਹ ਪਿੱਛੇ ਖੜਾ ਜਿਹੜਾ ਉਹਨੂੰ ਕਰਦਾ ਸੀ ਠੀਕ ਸੋ ਕੇ ਨਹੀਂ ਇਹ ਜੀ ਕੋਈ ਗੱਲ ਨੀ ਹੈਗੀ ਜੀ ਉਹ ਤਾਂ ਇਸ਼ਾਰੇ ਕਰੀ ਜਾਂਦਾ ਹੈ ਉਹ ਕੰਡਕਟਰ ਹੈ ਇਹਨੂੰ ਟਿਕਟਾਂ ਕੱਢਣ ਵਾਸਤੇ ਇਸ਼ਾਰੇ ਕਰ ਰਿਹਾ ਮੈਂ ਕੰਡਕਟਰ ਉਹ ਬੇਬੇ ਕਹਿੰਦੇ ਸੀ ਪਰੀਆਂ ਸਮਾਨ ਚ ਰਹਿੰਦੀਆਂ ਨੇ ਪਤੰਦਰੋਂ ਤੁਸੀਂ ਬੱਸ ਦੀ ਚੱਕੀ ਫਿਰਦੇ ਹੋ ਤੂੰ ਪਾਲਾ ਪਿੰਡਾਂ ਦੇ ਕੱਕਰ ਨੂੰ ਹੱਥ ਬਹੁਤ ਭੀੜ ਆ ਜੀ ਬੱਸ ਮੈਂ ਖੇਤੀ ਬਹਿ ਜਾਂਦਾ ਓ ਹੈਲੋ ਆ ਕਾਲ ਰੋਡ ਨੂੰ 216 ਕਿਲੋਮੀਟਰ ਪੈ ਰਿਹਾ ਟਿਕਟ ਬੋਲੋ ਛੇਤੀ ਗਾਹ ਵਾਲੇ ਅੱਡੇ ਤੋਂ ਪਹਿਲਾਂ ਮਸਾਲਾ ਰਗੜਨਾ ਹੁੰਦਾ ਮੈਂ ਉਹ ਟਿਕਟਾਂ ਕੱਟ ਕੱਟਦਾ ਇੱਕ ਮਿੰਟ ਖੜ ਜਾ ਐਕਸਕਿਊਜ਼ ਮੀ ਇੱਕ ਮਿੰਟ ਲਫੜਾ ਕੱਟਦਾ ਚਲਾਈ ਚੱਲ ਤੂੰ ਟਿਕਟਾਂ ਬੋਲੋ ਵੀ ਟਿਕਟਾਂ ਵਾਲੇ ਆਪੂ ਆਦੀ ਕੌਣ ਕੱਟੂਗਾ ਇਹਦੀ ਵੀ ਕੱਟ ਇਹ ਤਸਲੇ ਸੇ ਮੂੰਹ ਵਾਲੇ ਮਨੇ ਤੇਰਾ ਮੂੰਹ ਤੋੜ ਦੇਣਾ ਤਮੀਜ਼ ਤੇ ਬਾਤ ਕਰ ਲੈ ਉਹ ਤੂੰ ਕੱਟੋ ਟਿਕਟਾਂ ਮਾਰੇ ਧੋਰੇ ਪਾਸ ਤੇ ਪਾਸ ਹੈ ਇਹਨਾਂ ਕੋਲੇ ਉਹ ਬਾਸ ਹੈ ਹਰਿਆਣੇ ਦੀ ਬੱਸ ਦਾ ਹੋਊ ਇਹਦੇ ਵਿੱਚ ਨਹੀਂ ਚੱਲਣਾ ਪ੍ਰਾਈਵੇਟ ਦੇ ਵਿੱਚ ਨਾਲੇ ਸਵਾਰੀਆਂ ਚੜਾਉਣ ਤੋਂ ਪਹਿਲਾਂ ਗੈਸ ਵੀ ਟਿਕਟਾਂ ਲੱਗਣਗੀਆਂ ਇੱਕ ਚੰਡੀਗੜ੍ਹ 220 ਬੜਾ ਵੱਡਾ ਨੋਟ ਚੱਕੀ ਫਿਰਦੇ ਹੋ ਚੱਲ ਕੋਈ ਨਾ ਬਕਾਇਆ ਚੰਡੀਗੜ੍ਹ ਜਾ ਕੇ ਲੈ ਲਈ ਨਾ ਮੈਂ ਤਾਂ ਭੁੱਲ ਜੂੰਗੀ ਨਾ ਮੈਂ ਤਾਂ ਭੁੱਲ ਜੂ ਮੈਂ ਤਾਂ ਆਪ ਭੁੱਲ ਜੂੰਗਾ ਹੁਣ ਦੱਸੋ ਫਿਰ ਕੀ ਕਰੀਏ ਆ ਲੈ 2 ਦੇਰੇ ਚੰਡੀਗੜ੍ਹ ਦੀਆਂ ਪਲਕਾਂ ਤੇ ਬਿਠਾਵਾਂ ਬੀਬਾ ਤੈਨੂੰ ਜਾ ਫਿਰ ਸੀਟ ਤੇ ਬੈਣਾ ਨੀ ਚਲੋ ਉੱਠੇ ਤੋ ਸਾਫ ਦੀ ਸੀਟ ਆ ਚੱਲ ਚੱਲ ਪਿੱਛੇ ਜਾ ਕੇ ਬੈਠ ਕਮਾਲ ਕਰੀ ਜਾਣਾ ਚਵਾਨੀ ਦਾ ਹਿਸਾਬ ਕਰੀਦਾ ਆ ਫੜ 60 ਰੁਪਏ ਓਏ ਟਿਕਟ ਉਹ ਜਿਹਨੇ ਪੈਸੇ ਦਿੱਤੇ ਉਹ ਤਾਂ ਬੋਲਦਾ ਨੀ ਤੂੰ ਟਿਕਟ ਤੇ ਚੜ ਕੇ ਜਾਣਾ ਗੱਲਾਂ ਕਰਦੀਆਂ ਬੰਦਾ ਬਣ ਕੇ ਮੇਰੀ ਟਿਕਟ ਦੇ ਨਹੀਂ ਤਾਂ ਜੁੱਤੀ ਲਾ ਲੂੰ
ਤੁਹਾਡਾ ਬੁੜਾ ਗਾਂਧੀ ਜੀ ਨਾਲ ਰਿਹਾ ਹੈ? ਹੁਣ ਇਹ ਦੱਸਾਂ ਕਿ ਠਹਿਰ ਕੇ? ਤੁਹਾਡਾ ਸਕੂਲ ਇੰਗਲਿਸ਼ ਮੀਡੀਅਮ ਹੈ? ਉਹ ਤੂੰ ਜਵਾਕ ਪੜਾਉਣੇ ਉੱਥੇ ਲੱਗਦਾ ਇੰਗਲਿਸ਼ ਮੀਡੀਅਮ ਦਾ। ਚੱਲ ਇਹਨਾਂ ਦੀ ਟਿਕਟ ਤਾਂ ਤੂੰ ਕੱਟਣੀ ਨਹੀਂ, ਬਾਕੀ ਦੀ ਤਾਂ ਕੱਟ ਦੇ, ਮਾਰੀ ਜਾਣਾ ਬੈਠਾ ਗੱਲਾਂ। ਚਲੋ 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 ਜੁਲਕਾਲੇ, ਚਲੋ ਚਲੋ ਚਲੋ। ਕਿਉਂ ਦੇਤੀ ਨਾ ਚਕਾਵੀ ਸਿਆਣਾ ਮੁੰਡਾ ਸੀ। ਚਲੋ 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 ਦੇਵੀਗੜ੍ਹ, ਦੇਵੀਗੜ੍ਹ ਵਾਲੇ, ਦੇਵੀਗੜ੍ਹ ਆਲਾ ਫਾੜਾ। ਉਹ ਟਿਕਟ ਤੋਂ ਬਗੈਰ ਨਾ ਹੋਵੇ ਬਈ ਕੋਈ, ਉਹ ਬਾਹ ਅੰਦਰ ਕਰਨਾ ਫਿਰ ਲੱਕੜ ਦੀ ਲਵਾਉਂਦਾ ਫਿਰੇਗਾ। ਅਠਿਆਨੀ ਚੱਕੋ ਕਿਹਦੀ ਪਈ ਆ? ਚੱਲ 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 ਸਿੱਧੇ ਲੈ ਲਈ ਕੀ? ਸਿੱਧੇ ਲੈ ਲੈ, ਉਹ ਅੱਗੇ ਹਰਿਆਣਾ ਹੈ। ਫਿਰ ਕੀ ਹੋ ਗਿਆ, ਨਿਕਲਿਆ ਤਾਂ ਪੰਜਾਬ ਚੋਂ ਹੀ ਹੈ। ਪੰਜਾਬ ਚੋਂ ਤਾਂ ਪਾਕਿਸਤਾਨ ਵੀ ਨਿਕਲਿਆ, ਕਿਤੇ ਉਧਰ ਨੂੰ ਪਾ ਦੀ ਕਿਸੇ ਦਿਨ। ਕੀ ਹੋ ਗਿਆ? ਉਹ ਤੂੰ ਨਾ ਟਲਿਆ, ਕਰਤੀ ਨਾ ਬਠਿੰਡੇ ਵਾਲੀ ਤਾਂ। ਉਹ ਬਠਿੰਡੇ ਵਾਲਾ ਕੋਈ ਨੀ, ਹੋਏ ਮਾਝੇ ਦਾ ਸਾਊ ਪੁੱਤਾ ਮੈਂ। ਆਹੋ ਮਾਝੇ ਦੇ ਸਾਊ ਪੁੱਤ ਨੇ ਬਿਠਾ ਤੀ ਨਾ ਖੂੰਜੇ ਲਾ ਕੇ।